ਤੇ ਦੂ ਮੂਸੇਵਾਲਾ ਤੇ ਨਿੰਜਾ ਦੇ ਰਿਕਾਰਡ ਹੋਏ 10 ਗੀਤਾਂ ਦੀ ਨਿਊਜ਼ ਤਾਂ ਤੁਸੀਂ ਸਾਰਿਆਂ ਨੇ ਦੇਖੀ ਹੋਵੇਗੀ ਜਿਸ ਵਿੱਚ ਨਿੰਜਾ ਦੱਸ ਰਿਹਾ ਹੈ ਕਿ ਮੇਰੇ ਤੇ ਸਿੱਧੂ ਦੇ 10 ਗੀਤ ਰਿਕਾਰਡ ਹੋਏ ਹਨ ਜਿਵੇਂ ਅਸੀਂ ਪਹਿਲਾਂ ਲਾਇਸੈਂਸ ਗੀਤ ਰਿਕਾਰਡ ਕੀਤਾ ਸੀ ਤੇ ਦੋਸਤੋ ਹੁਣ ਉਹੀ ਗੀਤ ਰਿਕਾਰਡ ਕਰਦਿਆਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਗੀਤ गा ਰਿਹਾ ਹੈ ਤੇ ਗਿੱਲ ਰੋਂਦਾ ਉਸਦੇ ਕੋਲ ਬੈਠਾ ਹੈ ਤੇ ਨਾਲ ਹੀ ਸਿੰਗਰ ਨਿੰਜਾ ਵੀ ਉੱਥੇ ਹੀ ਤੁਰਦਾ ਫਿਰਦਾ ਦਿਖਾਈ ਦੇ ਰਿਹਾ ਹੈ ਇਹੋ ਜਿਹੀਆਂ ਖਬਰਾਂ ਤੋਂ ਤਾਂ ਇਹੀ ਪਤਾ ਲੱਗਦਾ ਹੈ ਕਿ ਅਜੇ ਸਿੱਧੂ ਮੂਸੇਵਾਲਾ ਦੇ ਬਹੁਤ ਸਾਰੇ ਗੀਤ ਆਉਣ ਵਾਲੇ ਹਨ ਤੇ ਸਿੱਧੂ ਮੂਸੇਵਾਲਾ ਇੰਡਸਟਰੀ ਵਿੱਚ ਕਈ ਸਾਲਾਂ ਤੱਕ ਪਹਿਲਾਂ ਦੀ ਤਰ੍ਹਾਂ ਹੀ ਰਿਕਾਰਡ ਬਣਾਉਂਦਾ ਰਹੇਗਾ ਤੇ ਹੁਣ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਦੀ ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਿਸਟਮ ਤੇ ਸਵਾਲ ਚੁੱਕਦੇ ਹੋਏ ਮਾਨਸੇ ਵਾਲੇ ਝੋਟੇ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਉੱਪਰ ਲਿਖਿਆ ਕਿ ਕਾਸ਼ ਸਾਡੇ ਝੋਟੇ ਦੇ ਕਾਤਲਾਂ ਨੂੰ ਵੀ ਅਦਾਲਤਾਂ ਵਿੱਚ ਐਵੇਂ ਪੇਸ਼ ਕਰਦੇ ਜਿਵੇਂ ਨਸ਼ੇ ਦੇ ਖਿਲਾਫ ਲੜਾਈ ਲੜਨ ਵਾਲਿਆਂ ਨੂੰ ਪੁਲਿਸ ਪੇਸ਼ ਕਰ ਰਹੀ ਹੈ ਮਾਤਾ ਚਰਨਕੌਰ ਇਹ ਗੱਲ ਇਸ ਕਰਕੇ ਵੀ ਕਹਿ ਰਹੇ ਹਨ ਕਿਉਂਕਿ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਬੁਲਟ ਪ੍ਰੂਫ ਗੱਡੀਆਂ ਵਿੱਚ ਵੱਡੀ ਸਿਕਿਉਰਿਟੀ ਦੇ ਨਾਲ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਨਸ਼ੇ ਖਿਲਾਫ ਲੜਾਈ ਲੜਨ ਵਾਲਿਆਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ